ਧੰਨ ਧੰਨ ਗੁਰੂ ਅਰਜਨ ਸਾਹਿਬ ਦਾ ਪਠਾਨਕੋਟ ਸ਼ੁਕਰੀਆ ਕਿ ਉਹਨਾਂ ਨੇ ਸੰਗਤਾਂ ਦੇ ਸਿਰ 'ਤੇ ਮਿਹਰ ਭਰਿਆ ਦੇ ਕੇ ਇਹ ਪੂਰਾ ਰੋਡ ਸ਼ੋਅ ਨੂੰ ਬੜਾ ਸਫਲ ਬਣਾਇਆ। ਸੰਗਤਾਂ ਦਾ ਵੀ ਤਹਿ ਦਿਲ ਤੋਂ ਧੰਨਵਾਦ ਜਿਨ੍ਹਾਂ ਕਿ ਦੂਰੋਂ ਨੇੜੋਂ ਚੱਲ ਕੇ 'ਚ ਹਿੱਸਾ ਪਾਇਆ, ਅਤੇ ਉਹਨਾਂ ਦੀਆਂ ਦਿਲ ਦੀਆਂ ਗਹਿਰਾਈਆਂ ਤੋਂ ਇਹ ਧੰਨਵਾਦ ਕਰਦੇ ਹਾਂ ਅਤੇ ਉਹਨਾਂ ਨੂੰ ਅਪੀਲ ਕਰਦੇ ਹਾਂ ਕਿ ਤੁਸੀਂ ਜਿੱਦਾਂ ਅੱਜ ਡਿਸਿਪਲਿਨ ਬਣਾਈ ਰੱਖਿਆ, ਆਪਸੀ ਪ੍ਰੇਮ ਪਿਆਰ ਨਾਲ ਬੜੇ ਕਾਰਨ ਸਾਰਾ ਕੁਛ ਹੋਇਆ, ਇੱਦਾਂ ਹੀ ਜਿੱਦਾਂ 1 ਜੂਨ ਨੂੰ ਜਾਂ ਜਿਹੜੇ ਹੋਰ 2-3 ਦਿਨ 4 ਦਿਨ ਰਹਿ ਰਹੇ ਆਪਣੇ, ਇੱਦਾਂ ਹੀ ਤੁਸੀਂ ਜਦੋਂ ਵੀ ਕਿਤੇ ਵਿਚਰੋ ਬੜੇ ਡਿਸਿਪਲਿਨ ਨਾਲ ਪ੍ਰਸ਼ਾਸਨ ਦੀਆਂ ਹਦਾਇਤਾਂ ਦਾ ਪਾਲਣ ਕਰਦੇ ਹੋਏ ਕਿਸੇ ਵੀ ਉਹ ਹੋਲੜਬਾਜ਼ੀ ਤੋਂ ਕਿਸੇ ਵੀ ਪ੍ਰਕਾੜ ਤੋਂ ਰਹਿਤ ਹੋ ਕੇ ਤੁਸੀਂ ਸਾਰੇ ਜਣੇ ਕੰਮ ਕਰੋ ਅਤੇ ਬਾਕੀ ਬਹੁਤ ਹੀ ਸਫਲ ਰਿਹਾ ਗੁਰੂ ਸਾਹਿਬ ਦੀ ਅਪਾਰ ਕਿਰਪਾ ਨੂੰ। 1 ਜੂਨ ਵਾਸਤੇ ਕੀ ਅਪੀਲ ਕਰਨੀ ਚਾਹੁੰਦੇ ਜੀ? 1 ਜੂਨ ਨੂੰ ਉਹਨਾਂ ਨੂੰ ਕਹਿ ਰਹੇ ਹਾਂ ਕਿ ਤੁਸੀਂ ਐਂ ਸ਼ਾਂਤੀ ਨਾਲ ਡਿਸਪਲਿਨ ਰਹਿ ਕੇ ਚੋਣ ਨਿਸ਼ਾਨ ਮਹਿਕ 'ਤੇ ਵੱਧ ਤੋਂ ਵੱਧ ਕੋਈ ਵੋਟ ਪੋਲ ਹੋਣ ਵਾਲੀ ਰਹਿ ਨਾ ਜਾਵੇ। ਤਕਰੀਬਨ ਜਿੰਨੀਆਂ ਵੋਟਾਂ ਹੈਗੀਆਂ ਮੈਕਸੀਮਮ 100% ਪੋਲਿੰਗ ਵਾਸਤੇ ਤੁਸੀਂ ਕੋਸ਼ਿਸ਼ ਕਰੋ ਕਿ ਹਰੇਕ ਬੰਦੇ ਦੀ ਵੋਟ ਪੋਲ ਹੋਵੇ। ਆਪਾਂ ਵੱਡੀ ਜਿੱਤ ਹਾਸਲ ਕਰਕੇ ਕਿਹੜੇ ਕਿਹੜੇ ਮੇਨ ਮੁੱਦੇ ਜਿਹੜੇ ਆਪਾਂ ਸਲਾਹ ਦੇਣਾ ਚਾਹੁੰਦੇ ਹਾਂ ਸੰਗਤਾਂ ਨੂੰ, ਉਹ ਮੇਨ ਮੁੱਦਿਆਂ 'ਤੇ ਕੰਮ ਕੀਤਾ ਜਾਊ? ਪਹਿਲਾਂ ਤਾਂ ਆਪਾਂ ਜੀ ਇਹ ਫਤਿਹ ਪ੍ਰਾਪਤ ਕਰੀਏ, ਉਦੋਂ ਬਾਅਦ 'ਚ ਜਿਹੜਾ ਨਸ਼ਿਆਂ ਦਾ ਮੁੱਦਾ ਵਾ, ਬੇਅਦਬੀ ਦਾ ਮੁੱਦਾ, ਬੰਦੀ ਸਿੰਘਾਂ ਦਾ ਮੁੱਦਾ ਵਾ, ਅਤੇ ਜਿੰਨੇ ਵੀ ਪੰਜਾਬ ਨਾਲ ਸੰਬੰਧਿਤ ਮੁੱਦੇ ਆ ਉਹਨਾਂ ਵਾਸਤੇ ਆਪਾਂ ਸਭ ਤੋਂ ਵੱਡਾ ਜਿਹੜਾ ਅੱਜ ਨਸ਼ਿਆਂ ਦਾ ਜਿਹੜਾ ਨਾ ਸਭ ਤੋਂ ਮੇਨ ਮੁੱਦਾ ਉਹ ਆ, ਸਾਡੀ ਨੌਜਵਾਨੀ ਨੂੰ ਜਿਹੜਾ ਬਰਬਾਦ ਕਰ ਰਿਹਾ, ਸਾਨੂੰ ਸਾਡੇ ਘਰ ਘਰ ਬਰਬਾਦ ਹੋ ਰਹੇ ਆ, ਇਹ ਪੰਜਾਬ 'ਚ ਇੰਨਾ ਜ਼ੁਲਮ ਵੱਧ ਰਿਹਾ, ਲੁੱਟਾਂ ਖੋਹਾਂ ਕਤਲੋ ਗਾਰਤ ਹੋ ਰਹੀ ਆ, ਉੱਥੇ ਰੋਕ ਲਾਉਣ ਵਾਸਤੇ ਸਭ ਤੋਂ ਜ਼ਰੂਰੀ ਹੈ ਕਿ ਨਸ਼ੇ ਆਪਣੇ ਨਾਲ ਕਿੰਨਾ ਅੱਜ ਜੀ ਤੁਸੀਂ ਨਾਲ ਸੀ ਸਾਡੇ ਹਜ਼ਾਰਾਂ ਲੋਕ ਲੱਖਾਂ ਲੋਕ ਇਸ ਮੁਹਿੰਮ 'ਚ ਸ਼ਾਮਿਲ ਹੋਏ, ਅਤੇ ਇਸ ਕਰਕੇ ਸਾਰੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਬੀਬੀਆਂ ਉਹਨਾਂ ਦਾ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ।